ਦਰ ਖੁੱਲ੍ਹਾ ਅਸੀਂ ਰਾਤ ਦਾ ਬੁਰਾ ਹਾਲ ਹੋਇਆ ਪੰਜਾਬ ਦਾ ਬੁਰਾ ਹਾਲ ਪੰਜਾਬ ਦਾ ਉਦੋਂ ਵੀ ਸੀ ਅਤੇ ਬੁਰਾ ਹਾਲ ਹੋਇਆ ਪੰਜਾਬ ਦਾ ਹੋਰ ਵੀ ਬੇਸ਼ੱਕ ਇਸ ਵਾਸਤੇ ਕਿ ਨਾ ਇੱਥੇ ਪੰਜਾਬੀ ਬੋਲੀ ਜਾਂਦੀ ਹੈ ਅਸੈਂਬਲੀਆਂ ਦੇ ਵਿੱਚ, ਨਾ ਇੱਥੇ ਪੰਜਾਬੀ ਦੀ ਯੂਨੀਵਰਸਿਟੀ ਹੈ, ਔਰ ਨਾ ਇੱਥੇ ਨੌਕਰੀਆਂ ਦੇ ਐਮ ਏ ਪੰਜਾਬੀ ਬਹੁਤ ਸਾਰੇ ਵਿਕਾਰ ਖੇਡੇ ਨੇ, ਲੇਕਿਨ ਉਹਨਾਂ ਨੇ ਕੋਈ ਕੁਝ ਅਰਸਾ ਪਹਿਲੇ ਜਦੋਂ ਨਵਾਜ਼ ਸ਼ਰੀਫ ਸਾਹਿਬ ਦਾ ਚੀਫ ਮਿਨਿਸਟਰ ਸਰ ਅਤੇ ਮੇਰੇ ਕੋਲ ਐਮ ਏ ਪੰਜਾਬੀ ਲੜਕੇ ਲੜਕੀ ਆਏ ਕਿ ਸਾਨੂੰ ਨੌਕਰੀ ਦਿਓ, ਕਿਉਂਕਿ ਗੌਰਮੈਂਟ ਉਸ ਵੇਲੇ ਪੀਪਲਸ ਪਾਰਟੀ ਵੀ ਸੀ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਨਵਾਜ਼ ਸ਼ਰੀਫ ਸਾਹਿਬ ਕੋਲ ਚਲੇ ਜਾਓ, ਉਹ ਚੀਫ ਮਿਨਿਸਟਰ ਨੇ ਉਹ ਨੌਕਰੀਆਂ ਦੇਣਗੇ। ਉਹ ਉਹਨਾਂ ਕੋਲ ਗਏ ਔਰ ਕੁਝ ਦਿਨਾਂ ਦੇ ਬਾਅਦ ਮੇਰੇ ਕੋਲ ਫਿਰ ਆਇਆ ਕਿ ਉਹਨਾਂ ਕਿਹਾ ਜੀ ਕਿ ਮੈਂ ਤਾਂ ਕਸ਼ਮੀਰੀ ਹਾਂ, ਮੇਰਾ ਪੰਜਾਬੀ ਨਾਲ ਕੋਈ ਗੱਲ ਨਹੀਂ, ਗੱਲ ਹੋਣ ਪੰਜਾਬੀ ਹੈ ਦੂਜਾ ਸਿੱਖਣ ਇਹਨਾਂ ਕੋਲੋਂ ਕੋਈ ਨਹੀਂ। ਅਸਲ ਗੱਲ ਜਿਹੜੀ ਹੈ ਉਹ ਪੰਜਾਬੀ ਦੀ ਮੁਹਾਵਤ ਇੱਥੇ ਦੀ ਵਿਰਾਸਤ ਅਫਸਰ ਸਹੀ ਗੱਲ ਨਹੀਂ। ਮੈਂ ਬਹੁਤ ਚੰਗੇ ਕਾਨਫਰੰਸਾਂ ਕੀਤੀਆਂ, ਬਹੁਤ ਮਿਲਿਆ ਇਹਨਾਂ ਨੂੰ, ਉੱਪਰ ਮਿਲਿਆ, ਇਸਲਾਮਾਬਾਦ ਮਿਲਿਆ, ਲੇਕਿਨ ਇਹਨਾਂ ਨੇ ਮੁਹਾਲਤ ਹੀ ਕੀਤੀ ਪੰਜਾਬੀ ਦੀ ਜਦੋਂ ਵੀ ਲੱਗੀ ਇਸ ਵੇਲੇ ਤੁਸੀਂ ਦੇਖ ਲਓ ਕਿ ਪੰਜਾਬੀ ਦਾ ਕੀ ਹਾਲ ਹੈ। ਪੰਜਾਬੀ ਬੱਚੇ ਗੱਲ ਨਹੀਂ ਕਰ ਸਕਦੇ, ਆਪਣੇ ਦਾਸ ਸਾਹਿਬ ਨੇ ਕਿਹਾ ਪੰਜਾਬੀ ਦਾ ਕੋਈ ਵੱਲ ਨਹੀਂ, ਵਾਰ ਨਹੀਂ ਨਿਕਲਦੇ, ਇੱਕ ਵਾਰ ਨਿਕਲਦਾ ਜਿਹੜਾ ਕਿ ਭੁਲੇਖਾ ਭੁਲੇਖਾ, ਔਰ ਦੂਜਾ ਕੋਈ ਅਖਬਾਰ ਨਹੀਂ ਨਿਕਲਦਾ। ਬਾਕੀ ਤੁਸੀਂ ਦੁਬਾਰਾ ਦੇਖੋ ਗੁਜਰਾਤੀ ਦੇਖੋ, ਗੁਜਰਾਤੀ ਦੇ ਵਿੱਚ ਅਖਬਾਰ ਨਿਕਲਦੇ ਨੇ, ਲੇਕਿਨ ਪੰਜਾਬੀ ਦੇ ਵਿੱਚ ਇੱਕ ਅਖਬਾਰ ਵਟਸਐਪ ਕੱਢ ਰਿਹਾ ਰਹਿੰਦਾ, ਉਹ ਵੀ ਪਤਾ ਨਹੀਂ ਕਿਸ ਤਰ੍ਹਾਂ ਕੱਢ ਸਕਦੇ ਨੇ, ਇਸ਼ਤਿਹਾਰ ਹੈ ਉਹਨਾਂ ਨੂੰ ਮਿਲਦੇ ਕੋਈ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਇੱਕ ਲਾਲ ਡਰਾਮ ਸਗਲ ਹੋਣੀ ਚਾਹੀਦੀ ਹੈ ਸਾਰਿਆਂ ਦੀ। ਅਸੀਂ ਬੜੀ ਖੁਸ਼ੀ ਦੇ ਨਾਲ ਟੀ ਵੀ ਦੇ ਉੱਤੇ ਆ ਰਹੇ ਹਾਂ, ਆ ਕੇ ਤਬਸੇ ਕਰ ਰਹੇ ਹਾਂ, ਲੇਕਿਨ ਕਦੇ ਮੈਂ ਕੋਈ ਤਬਸਾ ਅੱਜ ਤੱਕ ਨਹੀਂ ਦੇਖਿਆ ਜਿਹੜਾ ਪੰਜਾਬੀ ਦੇ ਹੱਥ ਦੇ ਵਿੱਚ ਹੋਵੇ, ਕੋਈ ਪੰਜਾਬੀ ਦੇ ਹੱਥ ਦੇ ਵਿੱਚ ਨਹੀਂ ਕਰਦਾ।
ਮੈਂ ਸਮਝਦਾ ਕਿ ਕੁਝ ਦੋ ਜਵਾਬ ਨੇ ਜਿਨ੍ਹਾਂ ਨੇ ਤੁਹਾਡੀ ਧੋਤੀ ਹੈ, ਜਿਹਦੇ ਵਿੱਚ ਇੱਕ ਸਾਡੇ ਫਿਰ ਦਾਲ ਬੈਠੇ ਜਿਹਦਾ ਮੈਂ ਕੰਮ ਕੀਤਾ ਔਰ ਜਵਾਬ ਕੈਸਾ ਰਹਿਤੇ ਹੈ ਜੀ। ਨੰਬਰ ਇੱਕ ਪੰਜਾਬੀ ਯੂਨੀਵਰਸਿਟੀ ਬਣਨੀ ਚਾਹੀਦੀ, ਬਹੁਤ ਅੱਛਾ ਹੈ। ਨੰਬਰ ਦੋ ਲੈਜਿਸਲੇਸ਼ਨ ਜਿਹੜਾ ਹੈ ਪੰਜਾਬੀ ਅਸੈਂਬਲੀ ਜਿਹਨੂੰ ਕਹਿੰਦੇ ਹਨ, ਉਹਦੇ ਵਿੱਚ ਪੰਜਾਬੀ ਦੇ ਵਿੱਚ ਗੁਫ਼ਤਗੂ ਹੋਣੀ ਚਾਹੀਦੀ। ਬੇਸ਼ੱਕ ਇੱਥੇ ਨਹੀਂ ਹੁੰਦੀ ਗੁਫ਼ਤਗੂ, ਯਾਦ ਹੈ ਟੁੱਟੀ ਮੁੱਟੀ ਅੰਗਰੇਜ਼ੀ ਵਿੱਚ ਕਰਦੇ ਨੇ ਜਾਂ ਬਹੁਤ ਹੀ ਭੈੜੀ ਉਰਦੂ ਦੇ ਵਿੱਚ ਕਰਦਾ ਹੈ। ਔਰ ਤੀਸਰਾ ਹੈ ਕਿ ਜਿਹੜੀ ਮੌਜੂਦਾ ਗਵਰਨਮੈਂਟ ਹੈ ਉਹ ਚਾਹੀਦਾ ਹੈ ਕਿ ਬਈ ਉਹ ਸਾਰੇ ਦੀਵਾਰ ਜਿਹੜੀਆਂ ਨੇ ਉਹ ਸਾਰੀਆਂ ਬਣਨ, ਤਾਂ ਕਿ ਅਸੀਂ ਇੱਥੇ ਯੂਨੀਵਰਸਿਟੀ ਕਾਇਮ ਕਰੀਏ ਔਰ ਅਖਬਾਰ ਚੌਕੇ ਨਿਕਲ ਮਿਸਾਲੇ ਨਿਕਲ। ਫਿਲਮਾਂ ਦਾ ਕੀ ਹਾਲ ਹੈ? ਫਿਲਮਾਂ ਖਤਮ ਹੋ ਗਈਆਂ ਨੇ, ਫਿਲਮਾਂ ਸਾਰੀਆਂ ਕਰਾਚੀ ਚ ਚਲੇ ਗਈਆਂ, ਕੋਈ ਫਿਲਮ ਨਹੀਂ ਬਣ ਰਹੀ ਇੱਥੇ। ਇਸ ਵਾਸਤੇ ਮੈਂ ਕੋਈ ਲੰਬੀ ਗੱਲ ਨਹੀਂ ਕਰ ਰਹੀ ਸੀ, ਬਸ ਐਵੇਂ ਗੱਲ ਕਰ ਰਹੀ ਸੀ। ਬਹੁਤ ਅੱਛੀ ਗੱਲ ਕੀਤੀ ਪੰਨ ਸਾਹਿਬ ਨੇ ਕਿ ਫਿਲਮਾਂ ਹੀ ਬਣ ਰਹੀਆਂ, ਫਿਲਮਾਂ ਸਾਰੀਆਂ ਕਰਾਚੀ ਚਲੇ ਜਾਂਦੀਆਂ, ਡਰਾਮੇ ਕਰਾਚੀ ਚਲੇ ਗਏ ਨੇ, ਉਹ ਸਾਡੇ ਜਿਹੜੇ ਨਿੱਕੇ ਕਮਦਾਰ ਤੋਂ ਮਰ ਗਏ ਨੇ ਵਿਚਾਰੇ, ਇਸ ਲਈ ਕਿ ਉਹਨਾਂ ਦੇ ਹਾਲਾਤ ਬੜੇ ਖਰਾਬ ਹੋ ਗਏ। ਉਹ ਦੋ ਚਾਰਾਂ ਰਹਿ ਕੇ ਨਹੀਂ ਪਰ ਉਹ ਕਰਾਚੀ ਨਹੀਂ ਜਾ ਸਕਦੇ, ਫਿਰ ਜਾਂਦਾ ਗਿਆ। ਔਰ ਆਹ ਕਲਚਰ ਦੀ ਜਿਹੜੀ ਜਿਹੜਾ ਦਬਾਅ ਆਇਆ ਪੰਜਾਬ 'ਚ ਉਹਨੂੰ ਠੀਕ ਕਰਨ ਦੀ ਲੋੜ ਹੈ। ਪੰਨ ਸਾਹਿਬ ਵੀ ਇਸ ਗੱਲ ਨੂੰ ਮੀਡੀਆ ਰਾਹੀਂ ਅਸੀਂ ਸਾਰੇ ਹਕੂਮਤ ਤੱਕ ਅਪਣਾ ਕੇ ਕਿ ਪੰਜਾਬੀ ਯੂਨੀਵਰਸਿਟੀ ਦਾ ਕਾਰੋਬਾਰ ਸੰਗੀਤ 'ਚ ਪੰਜਾਬੀ ਤਕਰੀਰ ਕਰਨੀ ਔਰ ਇੱਕ ਪੰਜਾਬੀ ਦੀ ਗੱਲ ਤੁਸੀਂ ਕਹਿੰਦੇ ਮੰਨਦੇ ਕਿ ਅਸੀਂ ਅਸਲੀ ਬੰਦੇ ਬਣੀਏ, ਇਹ ਵੀ ਫੋਕੇ ਬੰਦੇ ਨੇ।